ਪਿਆਰਿਓ ਜੇ ਗੱਦਾਰਾਂ ਦੀ ਗੱਲ ਕਰੀਏ, ਗੱਦਾਰ ਅੱਜ ਨਹੀਂ, ਇਹ ਤਾਂ ਮੁੱਢ ਤੋਂ ਹੀ ਗਦਾਰੀਆਂ ਕਰਦੇ ਆਏ ਨੇ। ਗੰਗੂ ਬ੍ਰਾਹਮਣ ਨੇ ਕਲਗੀਧਰ ਦੇ ਛੋਟੇ ਫਰਜੰਦਾਂ ਨੂੰ ਸਰਹੰਦ ਦੇ ਸੂਬੇ ਨੂੰ ਫੜਾ ਦਿੱਤਾ, ਜਿੱਥੇ ਉਹਨਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ। ਹੋਰ ਤੇ ਹੋਰ ਤੇਜਾ ਸਿੰਘ ਤੇ ਲਾਲ ਸਿੰਘ ਵਰਗਿਆਂ ਨੇ ਸਿੱਖ ਕੌਮ ਦੇ ਨਾਲ ਗਦਾਰੀਆਂ ਕੀਤੀਆਂ, ਇਹਨਾਂ ਦੇ ਬਾਰੇ ਕਿਸੇ ਸ਼ਾਇਰ ਨੇ ਲਿਖਿਆ, ਧੋਖੇਬਾਜ਼ ਜੇ ਨਿਮਕ ਹਰਾਮ ਬੰਦੇ, ਦੇਸ਼ ਕੌਮ ਨਾ ਦਗਾ ਕਮਾ ਜਾਂਦੇ। ਉਹ ਭਾਵੇਂ ਚੂਲੀਏ ਦੁੱਧ ਪਿਆਈ ਜਾਈਏ, ਸੱਪ ਬੁੱਕਲ ਦੇ ਡੰਗ ਚਲਾ ਜਾਂਦੇ। ਲੋਭੀ ਲਾਲਚੀ ਗੰਗੂ ਜੇ ਨੀਚ ਬੰਦੇ, ਛੋਟੇ ਲਾਲਾਂ ਨੂੰ ਕੰਧੀ ਚਿਣਵਾ ਜਾਂਦੇ। ਉਹ ਲੱਖੇ ਵਾਲਿਆ ਤੇਜੇ ਤੇ ਲਾਲ ਵਰਗੇ, ਬੇੜਾ ਗਰਕ ਗਦਾਰ ਕਰਾ ਜਾਂਦੇ। ਸਿੱਖੀ ਨੂੰ ਜੇ ਢਾਲ ਲੱਗੀ, ਪੜ੍ਹੀ ਇਤਿਹਾਸ ਦੇਖੋ, ਭੱਠਾ ਸਿੱਖ ਕੌਮ ਦਾ ਬਿਠਾਇਆ ਏ ਗੱਦਾਰਾਂ ਨੇ। ਅਣਖਾਂ ਤੇ ਇੱਜ਼ਤਾਂ ਵੀ ਜ਼ਾਲਮਾਂ ਨੇ ਰੋਲੀਆਂ ਨੇ, ਅਕਾਲ ਦਾ ਤਖਤ ਵੀ ਢਹਾਇਆ ਏ ਗੱਦਾਰਾਂ ਨੇ। ਚਿੱਟੇ ਤੇ ਸ਼ਰਾਬ ਨਾਲ ਕਰਤੀ ਖਤਮ ਕੌਮ, ਓਏ ਘਰ ਘਰ ਰੰਡੀ ਰੋਣਾ ਪਾਇਆ ਏ ਗੱਦਾਰਾਂ ਨੇ। ਓਏ ਹੋਰ ਤਾਂ ਕੀ ਹੋਰ, ਸਾਡੇ ਗੁਰੂ ਜੀ ਤੇ ਵਾਰ ਹੋਏ, ਲੱਖੇ ਅੰਗ ਅੰਗ ਵੀ ਰਲਾਇਆ ਏ ਗੱਦਾਰਾਂ ਨੇ। ਇਹਨਾਂ ਗੱਦਾਰਾਂ ਦੇ ਬਾਰੇ ਮੇਰੇ ਸਾਥੀ ਢਾਡੀ ਹਰਜੀਤ ਸਿੰਘ ਮਾਣੂਕੇ, ਕਿਸਮਤ ਸਿੰਘ ਕਾਦਰ ਪਿੰਡ ਬੀਲਾ, ਸਰੰਗੀ ਵਾਦਕ ਹਰਕਮਲ ਸਿੰਘ ਸਿੱਧੂ ਪਿੰਡ ਤਲਵੰਡੀ ਮਲੀਆਂ, ਦਾਸ ਜਸਵਿੰਦਰ ਸਿੰਘ ਬਾਗੀ ਦਾ ਢਾਡੀ ਜੱਥਾ ਕੁਝ ਹੈ ਇਉਂ ਕਹਿ ਰਿਹਾ ਜੀ।
ਸੀ ਦੇ ਇੰਦਰਾ ਨੂੰ ਝਟਕਾਤਾ ਸਿੰਘਾਂ ਵਿੱਚ ਚੁਰਾਸੀ ਦੇ ਚੁੰਮ ਕੇ ਗਲ ਵਿੱਚ ਪਾਏ ਸਿੰਘਾਂ ਰੱਸੇ ਫਾਂਸੀ ਦੇ ਚੁੰਮ ਕੇ ਗਲ ਵਿੱਚ ਪਾਏ ਸਿੰਘਾਂ ਰੱਸੇ ਫਾਂਸੀ ਦੇ ਤੇਜਾ ਸਿੰਘ ਜੀ ਅੰਤ ਹੋਇਆ ਵੱਡੇ ਬਲਕਾਰਾਂ ਦਾ ਤੇਜਾ ਸਿੰਘ ਜੀ ਅੰਤ ਹੋਇਆ ਵੱਡੇ